ਹਾਂਜੀ ਕਿੱਦਾਂ ਸਾਰੇ ਵੀਰ ਭਰਾ, ਉਮੀਦ ਕਰਦਾ ਸਾਰੇ ਠੀਕ ਹੋਊਗੇ, ਚੜ੍ਹਦੀ ਕਲਾ 'ਚ ਹੋਊਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ। ਮੇਰੇ ਵੀਰੋ, ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦੇ ਟੌਪ ਦੇ ਟੂਰਨਾਮੈਂਟ, ਅੱਜ ਇੱਕ ਟੌਪ ਦਾ ਕੱਪ ਆ, ਜਿਸ ਕੱਪ 'ਤੇ ਅੱਜ ਸਰਾ ਹੋਣਾ, ਜਿਸ ਕੱਪ 'ਤੇ ਅੱਜ ਸਿਰੇ ਦੇ ਖਿਡਾਰੀਆਂ ਨੇ ਖੇਡਣਾ। ਨਵੇਂ ਆਏ ਹਾਂ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਸਪੋਰਟ ਰੱਖੋ ਆਪਾਂ ਨੂੰ। ਹੁਣ ਜੋ ਹੈ ਗਰਮੀ ਦਾ ਸੀਜ਼ਨ ਆ ਗਿਆ ਤਾਂ ਕਰਕੇ ਤੁਸੀਂ ਬਾਕੀ ਜੋ ਹੈ ਮੇਰੇ ਵੀਰੋ ਸਪੋਰਟ ਪੂਰਾ ਰੱਖੋ। ਪਹਿਲਾ ਟੂਰਨਾਮੈਂਟ ਗਿੱਦੜਵਿੰਡੀ ਦੇ ਵਿੱਚ ਅੱਜ ਹੋਣਾ ਅਤੇ ਅੱਜ ਗਿੱਦੜਵਿੰਡੀ ਦੇ ਵਿੱਚ ਕਰਵਾਇਆ ਜਾਣਾ ਸਿਰੇ ਦਾ ਮੇਲਾ ਕਰਵਾਇਆ ਜਾਣਾ। ਮੇਰੇ ਵੀਰੋ ਇੱਥੇ 2 ਦਿਨਾਂ ਦਾ ਇਹ ਮੇਲਾ, 12 ਅਤੇ 13 ਅਪ੍ਰੈਲ ਆ। ਅੱਜ ਛੋਟੇ ਮੈਚ, ਕੱਲ੍ਹ ਨੂੰ ਓਪਨ ਦੀਆਂ ਸਿਰੇ ਦੀਆਂ ਟੀਮਾਂ ਇੱਥੇ ਖੇਡਣਗੀਆਂ ਅਤੇ ਇਸ ਤੋਂ ਅੱਗੇ ਅੱਜ ਆਲਮਗੀਰ ਦੇ ਵਿੱਚ ਪਹਿਲਵਾਨਾਂ ਦੇ ਮੁੰਡੇ ਦੇ ਪਿੰਡ ਕਹੀਏ ਮੇਰੇ ਵੀਰੋ, ਜਸ਼ਨ ਦੇ ਪਿੰਡ ਰੌਣਕਾਂ ਲੱਗਣਗੀਆਂ। ਅੱਜ ਸਿਰਾ ਕਰਾਉਣਾ ਉਸ ਮੇਲੇ 'ਤੇ ਆਲਮਗੀਰ ਦੇ ਵਿੱਚ। ਅੱਜ ਓਪਨ ਦੇ ਮੈਚ ਆ, 1,71,000 ਅਤੇ ਬੈਸਟਾਂ ਨੂੰ ਵੱਡੇ ਇਨਾਮ, ਅਤੇ ਇੱਥੇ ਬੁਲਟ ਮੋਟਰਸਾਈਕਲ ਕਿਸ ਨੂੰ ਮਿਲਣਾ, ਆਲਮਗੀਰੀਏ ਜਸ਼ਨ ਨੂੰ। ਟੌਪ ਦਾ ਰੇਡਰ ਆ ਮੁੰਡਾ, ਕਮਾਲ ਕਰੀ ਆਉਂਦਾ ਮੇਰੇ ਵੀਰੋ। ਇਹ ਵੀ ਜੋ ਹੈ ਅੱਜ ਇੱਥੇ ਬੁਲਟ ਨਾਲ ਸਨਮਾਨ ਹੋਣਾ, ਇਸ ਭਰਾ ਨੂੰ ਮੁਬਾਰਕਾਂ ਵੀ ਦਿੰਦੇ ਹਾਂ। ਅੱਜ ਬਰਸਾਲਪੁਰੀ ਹੈ ਮੇਰੇ ਵੀਰੋ, ਅੱਜ ਡੱਗੋ ਵਾਲਾ, ਅੱਜ ਟੌਪ ਦੇ ਖਿਡਾਰੀ ਇਸ ਮੇਲੇ 'ਤੇ ਪਹੁੰਚਣ ਜਾ ਰਹੇ ਆ, ਕਿਉਂਕਿ ਪੰਜਾਬ ਆ ਗਏ ਆ ਸਾਰੇ ਲਗਭਗ ਖਿਡਾਰੀ। ਕਿਉਂ ਆਏ ਆ? ਉਹ ਭਲੱਥ ਦਾ ਮੇਲਾ ਆ ਗਿਆ, ਜਿਸ ਮੇਲੇ ਦੀ ਚਰਚਾ ਕਦੋਂ ਤੋਂ ਹੋ ਰਹੀ ਆ, 14 ਅਪ੍ਰੈਲ ਨੂੰ ਉਦੋਂ ਵੀ ਸਿਰਾ ਲੱਗਣਾ ਉਸ ਮੇਲੇ 'ਤੇ। ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ। ਖੁਸ਼ੀ ਹੋਣੀ, ਜਾਣੀ ਕਿ ਕਾਫੀ ਖਿਡਾਰੀ ਭਲੱਥ ਦੇ ਮੇਲੇ 'ਤੇ ਖੇਡਣ, ਪੰਜਾਬ 'ਚ ਪਹੁੰਚ ਗਿਆ ਉਸ ਮੇਲੇ 'ਤੇ ਖੇਡਣਗੇ। ਉਦੋਂ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ, ਨਵੀਂ ਕਬੱਡੀ ਦੀ ਅਪਡੇਟ ਲੈ ਕੇ। ਲਾਈਕ ਅਤੇ ਸ਼ੇਅਰ ਕਰ ਦਿਓ, ਚੈਨਲ ਵੀ ਕਰਿਓ ਜ਼ਰੂਰ ਸਬਸਕ੍ਰਾਈਬ।